ਦੇ ਚਰਨਾਂ ਨੇ ਗੱਡੀ ਪੰਜਾ ਸਾਹਿਬ ਪੇਸ਼ ਕਰ ਰਹੇ ਹਨ MPI ਲੁਧਿਆਣਾ ਸਾਥ ਦੇ ਰਹੇ ਹਨ ਯਾਨੀ ਪੂਰਨ ਸਿੰਘ ਯਾਨੀ ਸ਼ਾਮ ਸਿੰਘ ਔਰ ਯਾਨੀ ਅਰੂਰ ਸਿੰਘ ਪੋਸ਼ਾਕ ਪਹਿਨਦਾ ਹੈ ਆਪਣਾ ਤਨ ਢੱਕਣ ਵਾਸਤੇ ਮਰ ਚਲਾਕ ਆਦਮੀ ਸਿੱਕੇ ਬੰਦ ਪੋਸ਼ਾਕ ਪਹਿਨਦਾ ਹੈ ਆਪਣੇ ਪਾਪ ਲੁਕਾਉਣ ਵਾਸਤੇ ਮਿਸਾਲ ਵਜੋਂ ਏਅਰ ਕੰਡੀਸ਼ਨ ਕੋਠੀ ਹੈ ਈਰਾਨ ਦੇ ਕਾਲੀਨ ਥੱਲੇ ਵਿਸ਼ੇ ਹੋਏ ਹਨ ਬੂਹਿਆਂ ਤੇ ਬਾਰੀਆਂ ਤੇ ਰੇਸ਼ਮ ਦੇ ਪਰਦੇ ਸਰਸਰਾ ਰਹੇ ਹਨ ਇਹ ਦੇਸ਼ ਭਗਤੀ ਦੀ ਪੋਸ਼ਾਕ ਪਹਿਨੀ ਹੈ ਆਪਣੀ ਬਲੈਕ ਦੀ ਕਮਾਈ ਲੁਕਾਉਣ ਵਾਸਤੇ ਇਹ ਡੰਬ ਧਰਮ ਵਿੱਚ ਵੀ ਹੈ ਪੈਰੀ ਕਾਬ ਲੈਦਰ ਦੇ ਬੂਟ ਹਨ ਅੱਖਾਂ ਤੇ ਸੁਨਹਿਰੀ ਐਨਕ ਹੈ ਤੇ ਸਿਰ ਤੋਂ ਪੈਰਾਂ ਤੱਕ ਰੇਸ਼ਮੀ ਚੋਗਾ ਪਿੱਛੇ ਪੰਚ ਆਦਮੀ ਸੰਤ ਜੀ ਮਹਾਰਾਜ 108 ਕਹਿਣ ਵਾਲੇ ਹਨ ਸ਼੍ਰੀਮਾਨ ਨੂੰ ਆਪ ਪਤਾ ਵੀ ਨਹੀਂ ਕਿ 108 ਕਿਹਨੇ ਕਹਿੰਦੇ ਹਨ ਚਾਰ ਵੇਦ ਹਨ 6 ਸ਼ਾਸਤਰ ਹਨ 27 ਸਿਮਰਤੀਆਂ ਹਨ 108 ਉਪਨਿਸ਼ਦਾਂ ਹਨ ਜਿਸ ਆਦਮੀ ਨੂੰ 108 ਉਪਨਿਸ਼ਦਾਂ ਦਾ ਪੂਰਨ ਗਿਆਨ ਹੈ ਉਹ 108 ਲਿਖ ਰਿਹਾ ਹੈ ਮਗਰ ਇੱਥੇ ਰੇਸ਼ਮੀ ਚੋਗੇ ਨਾਲ ਹੀ ਕੰਮ ਸਾਰਿਆ ਜਾ ਰਿਹਾ ਮੁਸਲਮਾਨ ਫਕੀਰ ਨੂੰ ਰੇਸ਼ਮ ਨਸੀਬ ਨਹੀਂ ਗਲ ਤੋਂ ਪੈਰਾਂ ਤੱਕ ਕਫਨ ਦੀ ਕਫਨੀ ਹੈ ਸੂਫ ਦੀ ਫਿਰ ਤੇ ਟੋਪੀ ਹੱਥ ਦੀ ਤਸਵੀ ਅੱਲਾ ਉਹ ਅਲਾਭ ਰਿਹਾ ਹੈ ਪਰ ਇਹ ਵੀ ਡਿੰਬ ਹੈ ਚੇਤੇ ਰੱਖੋ ਗੁਰਦੇਵ ਕਹਿੰਦੇ ਹਨ ਨਾਮੇ ਰਾਤੇ ਹੋਮੇ ਜਾਏ ਉਹਦੇ ਪ੍ਰੇਮ ਕਹਿਤੇ ਹੋਮੇ ਦਾ ਨਾਂ ਸੁਣਦਾ ਤੇ ਉਸ ਭਗਤੀ ਵਾਸਤੇ ਕਿਸੇ ਦਿਖਾਵੀ ਦੀ ਲੋੜ ਨਹੀਂ ਨਾ ਮਾਲਾ ਦੀ ਲੋੜ ਹੈ ਨਾ ਤਸਵੀ ਦੀ ਲੋੜ ਹੈ ਕਬੀਰ ਜੀ ਕਹਿੰਦੇ ਹਨ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਮਤਲਬ ਪਖੰਡ ਕਰਨ ਵਾਸਤੇ ਬਹੁਤ ਕੁਝ ਚਾਹੀਦਾ ਹੈ ਕਦੇ ਤੋਣੀਆਂ ਤਪੇਗਾ ਕਦੇ ਜਲ ਤਾਰਾ ਕਰੇਗਾ ਪੁੱਠਾ ਰੜਕੇਗਾ ਲੋਕਾਂ ਨੂੰ ਧੋਖਾ ਦੇਣ ਵਾਸਤੇ ਸੋ ਜਿਸ ਵੇਲੇ ਇਹ ਭਗਤੀ ਆਉਂਦੀ ਹੈ ਇਹ ਹਉਮੈ ਪੈਦਾ ਕਰਦੀ ਹੈ ਬੰਦੇ ਨੂੰ ਉਹ ਹੈ ਜਾਣਦਾ ਹੰਕਾਰ ਬੰਦਗੀ ਦਾ ਵਰਤੇ ਵਾਲੀ ਕੰਧਾਰੀ ਹਥਿਆਰ ਬੰਦਗੀ ਦਾ ਜਿਹੜਾ ਭਜਨੀਕ ਅਖਮਾਉਂਦਾ ਹੋਇਆ ਵਰਦਾ ਲਾਰਾ ਜਾਂ ਸ਼ਰਾਬ ਦਾ ਭੈ ਦੇ ਕੇ ਪੂਜਾ ਕਰਵਾਉਂਦਾ ਉਹ ਹਥਿਆਰ ਨਹੀਂ ਵਰਤ ਰਿਹਾ ਤਾਂ ਹੋਰ ਕੀ ਵਰਤ ਰਿਹਾ ਪਰ ਚੇਤੇ ਰੱਖੋ ਭਾਈ ਜੇ ਸਰੀਰ ਰੋਗੀ ਹੋ ਜਾਏ ਅਨੇਕਾਂ ਹਕੀਮ ਔਰ ਡਾਕਟਰ ਹਨ ਪਰ ਜੇ ਮਨ ਰੋਗੀ ਹੋ ਜਾਏ ਫਿਰ ਕੋਈ ਪੂਰਨ ਵੈਦੀ ਕਾਰੀ ਕਰ ਸਕਦਾ ਛੋਟੇ ਹੁੰਦੇ ਪੜ੍ਹਦੇ ਸਾਂ ਆ ਗਿਆ ਬਾਬਾ ਵੈਦ ਰੋਗੀਆਂ ਦਾ ਸੋ ਰੋਗੀਆਂ ਦਾ ਵੈਦ ਅਫਗਾਨਿਸਤਾਨ ਵੱਲੋਂ ਦਾਖਲ ਹੋਇਆ ਭਾਰਤ ਵਿੱਚ ਮਰਦਾਨਾ ਸੋਚ ਰਿਹਾ ਕਸ਼ਮੀਰ ਚੱਲਾਂਗੇ ਪਰ ਗੁਰਦੇਵ ਦਾ ਹੁਕਮ ਹੋਇਆ ਮਰਦਾਨਿਆ ਸਭ ਤੋਂ ਪਹਿਲਾਂ ਆਪਾਂ ਨੂੰ ਚੱਲਣਾ ਪਏਗਾ ਅਸਨ ਅਵਦਾਰ ਮਹਾਰਾਜ ਕਿਉਂ ਰੱਬ ਦਾ ਰਾਹ ਇੱਕ ਰਾਹ ਪੈ ਗਿਆ ਉਸ ਨੂੰ ਰਾਹ ਦੱਸਣਾ ਬਾਈ ਬੜੀ ਕੰਧਾਰੀ ਬੈਠਾ ਸੀ ਪਹਾੜੀ ਤੇ ਉਹਦੇ ਪੈਰਾਂ ਵਿੱਚ ਗੁਰਦੇਵ ਨੇ ਸਿੰਘਾਸਨ ਆਣ ਵਿਛਾਇਆ ਤੇ ਕਿਹਾ ਮਰਦਾਨਿਆ ਸਾਡਾ ਜੀਵਨ ਉਹਦੇ ਸਿਮਰਨ ਵਿੱਚ ਹੈ ਆਖਾ ਜੀਵਾ ਵਿਸਰੇ ਮਰ ਜਾਓ ਬਜ਼ਾਰ ਬਾਬ ਜਿਹੜਾ ਉਹਦੇ ਨਾਲ ਜੁੜੀਏ ਬਾਈ ਕਿਵੇਂ ਕਹਿ ਰਹੇ ਗੁਰਦੇਵ ਸਾਰੇ
ਸੱਜਣ ਸੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਕਿੱਥੇ ਕਲੇ ਦਿਸਨ ਮਰ ਮਰਦਾਨਾ ਕੁਝ ਹੋਰ ਸੋਚਦਾ ਆ ਰਿਹਾ ਸੀ ਸੋਚਦਾ ਸੀ ਕਸ਼ਮੀਰ ਜੰਨਤ ਨਜ਼ੀਰ ਬਾਬਰ ਇੱਕ ਜਗ੍ਹਾ ਕਹਿੰਦਾ ਹੈ ਅਗਰ ਫਰਦੌਸ ਬਰਨੂਏ ਜ਼ਮੀਨਸ ਹਮੀਨਸ ਤੋਂ ਹਮੀਨਸ ਤੋਂ ਹਮੀਨਸ ਜੇ ਧਰਤੀ ਤੇ ਕੋਈ ਸੁਰਗ ਹੈ ਇਹ ਕਸ਼ਮੀਰ ਹੈ ਪਰ ਆਣ ਬੈਠੇ ਨੇ ਬਾਬਾ ਜੀ ਤੇ ਕੁਝਾਰ ਜੰਗਲ ਵਿੱਚ ਮਨ ਵਿੱਚ ਹੀ ਕਹਿ ਰਿਹਾ ਮਰਦਾਨਾ ਕਿ ਬਾਬਾ ਕਿੱਥੇ ਆਣ ਕੇ ਬਹਿ ਰਿਹਾ ਹੈ ਇੱਥੇ ਤਾਂ ਖਾਣ ਵੀ ਕੁਝ ਨਹੀਂ ਤਾਂ ਦਾਤਾਰ ਦੇ ਸਾਹਮਣੇ ਬੋਲ ਨਹੀਂ ਸਕਿਆ ਹੁਕਮ ਹੋਇਆ ਰਬਾਬ ਜਾ ਦੇ ਵਿੱਚ ਸੋਕਦਾ ਹਜ਼ੂਰ ਦੀ ਲਾਗੀ ਬਿਰਤੀ ਪਤਾ ਨਹੀਂ ਚਾਰ ਪੈਰ ਇਸੇ ਤਰ੍ਹਾਂ ਗੁਜ਼ਰ ਜਾਣ ਮਗਰ ਮੇਰੀ ਤਾਂ ਪਾਣੀ ਖੂਨ ਜਾਨ ਨਿਕਲ ਰਹੀ ਹੈ ਬਾਬਾ ਕਿੱਥੇ ਆ ਉਜਾੜ ਵਿੱਚ ਪੈ ਰਹੇ ਹੋ ਦੇਸ ਰੰਗਲਾ ਛੜ ਕਸ਼ਮੀਰ ਉੱਥੇ ਸ਼ਕਲ ਨੂੰ ਬਦਾਮ ਨਾਸ ਪਾਤੀਆਂ ਮੇਵੇ ਸ਼ਰਬਤੀ ਅਨਾਰ ਖੰਡ ਖੀਰ ਇੱਥੇ ਜੰਡ ਤੇ ਕਰੀਰ ਕੰਢੇ ਕੱਕਰਾਂ ਕਿਤੇ ਪਾਲਿਆ ਨਹੀਂ ਲੱਭਦਾ ਨੀਰ ਤੇ ਆਹ ਸਾਂਵਲਾ ਰਬਾਬ ਤੇਰੀ ਪੀ ਹੋ ਤੇਰਾ ਮੇਰਾ ਬਾਬਾ ਅੱਗ ਤੋਂ ਅਖੀਰ ਸੋਚੀ ਜਾ ਰਿਹਾ ਮੂੰਹ ਕਹਿ ਨਹੀਂ ਸਕਦਾ ਤੇ ਅਖੀਰ ਕਹਿੰਦਾ ਸੱਚੇ ਪਾਤਸ਼ਾਹ ਦੁਨੀਆਂ 'ਚ ਸਾਰੇ ਜਜਮਾਨ ਛੱਡੇ ਹਜ਼ੂਰ ਦੇ ਲੜ ਲੱਗੇ ਦੁੱਖ ਵਿੱਚ ਰੱਖੋ ਸੁੱਖ ਵਿੱਚ ਰੱਖੋ ਰੱਜ ਬਖਸ਼ੋ ਭੁੱਖ ਵਿੱਚ ਰਹਿਣਾ ਪਏ ਹਰ ਕੰਮ ਵਿੱਚ ਰਾਜ਼ੀ ਬਰ ਰਾਹ ਪਰ ਫਿਕਰਾ ਬੜਾ ਚੰਗਾ ਹੁੰਦਾ ਹੈ ਸ਼ਬਦ ਬੜੇ ਮਿੱਠੇ ਲੱਗਦੇ ਨੇ ਮਰ ਜੇ ਵਾਕ ਦੇ ਅਖੀਰ 'ਤੇ ਪਰ ਪਰੰਤੂ ਲੇਕਿਨ ਮਗਰ ਇਹੋ ਜਿਹਾ ਕੋਈ ਸ਼ਰਤੀਆ ਸ਼ਬਦ ਆ ਜਾਏ ਸਾਰੀ ਗੱਲ ਦਾ ਅਰਥ ਹੀ ਬਦਲ ਜਾਂਦਾ ਹੈ ਮਰਦਾਨੇ ਦੀ ਗੱਲ ਦੇ ਵੀ ਅਖੀਰ 'ਤੇ ਪਰ ਆ ਗਏ ਹੈ ਦੇਖੀਏ ਭਾਈ ਇਸ ਪਰ ਦਾ ਕੀ ਅਰਥ ਹੈ ਪਾਸੇ ਮਰਦਾਨਾ ਹਰ ਹੁਕਮ ਮੰਨਣ ਦਾ ਇਕਬਾਲ ਕਰ ਰਿਹਾ ਹੈ ਦੂਜੇ ਪਾਸੇ ਸਾਫ ਇਨਕਾਰ ਹੈ ਅਗਰ ਇਸਦਾ ਅਰਥ ਹੈ ਭਾਈ ਜੇ ਕਬੀਰ ਰੱਬ ਨੂੰ ਕਹਿ ਸਕਦਾ ਹੈ ਭੁੱਖੇ ਭਗਤ ਨਾ ਕੀਜੇ ਜਾਂ ਮਾਲਾ ਆਪਣੀ ਲੀਜੇ ਆਪਣੀ ਮਾਲਾ ਸੰਭਾਲ ਲੈ ਮੈਥੋਂ ਭੁੱਖੇ ਤੋਂ ਭਗਤੀ ਨਹੀਂ ਹੁੰਦੀ ਤਾਂ ਮਰਦਾਨਾ ਵੀ ਮਹਾਰਾਜ ਨੂੰ ਕਹਿ ਸਕਦਾ ਕਿ ਬਾਬਾ ਮੈਂ ਭੁੱਖਾ ਮਰਨ ਲਈ ਤਿਆਰ ਨਹੀਂ ਆਹਲਾ ਸਾਂਭਲਾ ਰਬਾਬ ਤੇਰਾ ਪਿਆਈ ਤੇਰੀ ਮੇਰੀ ਬਾਬਾ ਅਗਤ ਅਖੀਰ ਗੁਰਦੇਵ ਮੁਸਕਰਾਏ ਜੇ ਕਹਿਣ ਲੱਗੇ ਮਰਦਾਨੇ ਆ ਅਸੀਂ ਕੇਵਲ ਤੇਰੇ ਵਾਸਤੇ ਹੀ ਨਹੀਂ ਹਾਂ ਕਦੇ ਤੈਨੂੰ ਮੱਕਾ ਦਿਖਾ ਲਿਆਈਏ ਕਦੇ ਤੈਨੂੰ ਫਿਰ ਘਰ ਪਹੁੰਚਾ ਦੇਈਏ ਕਦੇ ਇਹਨੂੰ ਰੋਟੀ ਚਾਹੀਦੀ ਹੈ ਕਦੇ ਦੁੱਧ ਚਾਹੀਦਾ ਹੈ ਨਾਨਕ ਇੱਕ ਵਾਸਤੇ ਨਹੀਂ ਇੱਕ ਵਾਸਤੇ ਹੁੰਦਾ ਤੇਰੇ ਨਾਲ ਸਾਡਾ ਸ੍ਰੀ ਚੰਦਰ ਲਕਸ਼ਮੀ ਦਾਸ ਵਧੇਰੇ ਨੇੜੇ ਸਨ ਨਾਨਕ ਨਿਰੰਕਾਰ ਦਾ ਭੇਜਿਆ ਹੈ ਔਰ ਹਰ ਨਿਰੰਕਾਰੀ ਆਦਮੀ ਵਾਸਤੇ ਹੈ ਭਾਈ ਗੁਰਦਾਸ ਜੀ ਵੀ ਕਹਿੰਦੇ ਹਨ ਕੱਲ੍ਹ ਤਾਰਨ ਗੁਰ ਨਾਨਕ ਆਇਆ ਤੋ ਮਰਦਾਨੇ ਆ ਜ਼ਿੰਦਗੀ ਵਿੱਚ ਉੱਦਮ ਕਰਨਾ ਲੋੜੀਦਾ ਹੈ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ ਉੱਦਮ ਕਹਿੰਦੇ ਆ ਜੀਓ ਤੂੰ ਇਹ ਉੱਦਮ ਕਰਨ ਵਾਲਿਆ ਤੂੰ ਜਿਉਂਦਾ ਰਹੇ ਸਿਰ ਝੁਕਾ ਕੇ ਕਹਿੰਦਾ ਮਰਦਾਨਾ ਬਾਬਾ ਮੇਰੇ ਉੱਦਮ ਵਿੱਚ ਕੀ ਕਸਰ ਹੈ ਜੇ ਲਿਆਉਂਦੇ ਹੋ ਮਗਰ ਇਹ ਲੱਗਿਆ ਆ ਰਿਹਾ ਚਲਿਆ ਆ ਰਿਹਾ ਤਾਂ ਹੁਣ ਪਾਣੀ ਤੋਂ ਬਿਨਾਂ ਕਿਵੇਂ ਸਰੇ ਹਜ਼ੂਰ ਨੇ ਕਿਹਾ ਮਰਦਾਨਿਆ
और पहाड़ी के उपर छोटी जी कुटिया नजर आउंदी है ना। हाँ सचे पातशाह अजे तो नजर आउंदी है, पता नहीं इस तेज नाल नजर आउंदी भी रहेगी या नहीं रहेगी। फिर मर्दानिया उसे पानी का हौज है, बड़ी कंधारी कर्जा करी बैठा है, उसे जाना पाएगा। कोई चारा नहीं वेख कि तुर पिया मर्दाना इस आस उत्ते उसे क्या पानी मिल जाएगा। भगती जी कहते हैं कह रविदास आस लग जीवो सिर पया दर्शन देखे, तेरे दर्शन की आस उत्ते जिउंदा हां। कि तेरे को खालसा जी जो आदमी निराशावादी हो जाता मिर जाया करता है, जो कौमां निराशावादी हो जाए मिर जाए हैं। इस आस उत्ते उसे क्या पानी मिल जाएगा। डेढ़ मील पहाड़ी उपर चढ़ के चले आ गया है, ते जा खलोता है सामने वाली कंडारी दे। भाई मंगते और मालक विच किन्ना फर्क है। बड़ी आजी नाल सिर चुका के हाथ जोड़ के मर्दाना बेनती कर रही है कि बेटे भाई पोशाक तो पहचानने का यतन करते हैं। बड़ी कंधारी ने भी तकिया ये मेरे मुरीदा में नहीं है, ये पोशाक होर है। इंसान नु सदा भुलेखे नाल देखदा रहा दूसरा मनुख ही, उहदी पोशाक किहो जी उहदी रंगत किहो जी, पर उहदे अंदर जो रब वसदा है इंसान वसदा है उसनु देखण का यतन नहीं किया। कह विचारा कहिंदा मेरी रब नाल बेटी जुड़ी हुई सी, तू मेरे सुत तो खेल दित्ती है, जाओ जा मैं थले पटका देंगा। लीला कवि होया रहीम उसने एक दुआ बड़ा सुंदर किए, कहना रहमन बात अगम की कहन सुनत की नाए, जो जानत सो कहत न कहत सो जानत नाए। जेडे टंडोरा पिटदे ने असर रब न पछाण लिया, उन्होंने रब का ज्ञान नहीं, जो उसनु पा लेंदा वह लुका लेंदा
वो पंडित ही फिरदा फिरदा सुनिया है घबरा गया मरदाना बगाने पूरे ते का भी हिम्मत है भाई दौड़िया पिछे हजूर दे चरना ते आन दे गए ते आके गुरदे दे सामने गल विच पल्ला पा के बेनती कर रिया मरदाना कहने भाई पते भी कही है फरीद जी भी कहने हैं बार पर आए बैसना साईं मुझे ना दे ये तू ए रखी जियो शरीर वाले मर्दाना कवियां और इतिहासकारा की वस पै गई है जिथे नहीं उसे उसने उत्तर पाया है कई इतिहासा भी लिखे है कि सतवेरा मरदाने नहीं जाना पिया उपर दो बजे तो मैं भी भेज दिता ना कौड़ी जी कहानी आँदी है ते तेल भी तरन लगता मनुख न उथे भी मरदाने पहुंचाया गया वरना मरदाना उस नाल ही नहीं थी चोट लगी मैनू जिन्या मर्जी कह लेंगा मैं मेरे गुरु महाराज की आज्ञा करे यह किमें हो सकता है आंदा गुरुदेव के चरणों से कह के बड़े निहोरे नाल मरदाना कह रहा कि मैं भाई
पूरे दोबारा नहीं जाना तेरे चरण से आया मर जावांगा। मैं एक गल याद रखियो बाबा, किसे ये नहीं कहना एक मराठिया का मुंडा मर गया थी, लोग कहेंगे गुरु नानक दार बाबी से आया मर गए। हसले गुरुदेव मरदानिया, तेन मर जाना तो मरदाना बना दिता है, मरदाना जिन्हें कहीं नानक का नाम रहेगा वो तो चरणा में बैठा होवेगा। आओ तेरा हक है, तेन पानी पियाइए कि भाई गुरुदेव ने धार्मिक पखंड दूर किया। गुरु महाराज के सिख हुकूमत के कमांड चूर कि कर रहे हैं। दूसरे पास सुनो भाई, महाराज जी ने धर्म विचों पखंड दूर किया। गुरु दातार जी के सेवकों ने हुकूमत के कमांड चूर किया। गुरबाणी में आया, जिथे जाए बहे मेरा सतगुरु सोई थान सुहावा राम राज। जिथे गुरदेव के चरण पे हैं, पंजा साहब गुरुद्वारा मौजूद है, सतखंड वरत रहा है, अमृत वेला धोती बाणी सिख इं प्रेम पढ़ रहे हैं भाई।
ਅਕਾਲੀ ਲਹਿਰ ਵਿੱਚ ਅੰਗਰੇਜ਼ੀ ਸਰਕਾਰ ਨਾਲ ਬਹੁਤ ਸਾਰੇ ਮੋਰਚੇ ਲੱਗੇ, ਪਰ ਗੁਰੂ ਕੇ ਬਾਗ ਦਾ ਮੋਰਚਾ ਬੜਾ ਅਨੋਖਾ ਸੀ। ਚੇਤੇ ਰੱਖੋ, ਕੈਦ ਕੱਟ ਲੈਣੀ ਆਸਾਨ ਹੈ, ਕੋਈ ਵਾਲਾ ਜੁਰਮਾਨਾ ਨਹੀਂ ਪਾ ਲੈਂਦਾ, ਪਰ ਜਾਨਾਂ ਦੀ ਮਾਰ ਖਾਣੀ ਇਹ ਬਹੁਤ ਔਖੀ ਹੈ। ਬੀਜੀ ਵਰਗਾ ਬੇਕਿਰਕ ਆਦਮੀ ਪਿਆਸੀਆਂ ਦੇ ਉੱਤੇ ਘੋੜੇ ਚਪਾਉਂਦਾ ਸੀ, ਡਾਂਡਾ ਮਾਰਦਾ ਸੀ, ਲਲਕਾਰੇ ਮਾਰਦਾ ਸੀ, ਪਰ ਆਫਰੀ ਨਾ ਮਰਦਾ ਦੇ ਜੇ ਇੱਕ ਇੱਕ ਦਾਦਾ ਦਾ ਟਾਕਰਾ ਕਰਨ ਜੋਗੇ ਸਨ, ਪਰ ਸ਼ਾਂਤੀ ਨਾਲ ਨਿਭਾ ਰਹੇ ਸਨ। ਕਾਂਗਰਸੀ ਲੀਡਰ ਇੱਕ ਦਿਨ ਵੇਖਣ ਗਏ, ਉਹਨਾਂ ਆਲੇ ਰਾਣੀਆਂ ਕਿਹਾ, ਜੇ ਕਿਸੇ ਨੇ ਸ਼ਾਂਤ ਨਹੀਂ ਸਿੱਖਣੀ ਹੋਵੇ ਤਾਂ ਸਿੱਖਾਂ ਕੋਲੋਂ ਸਿੱਖਣੀ ਚਾਹੀਦੀ। ਸਾਰੇ ਸੰਸਾਰ ਨੂੰ ਫਲਕਾ ਮੱਧ ਗਈ ਅਸੀਂ, ਪੰਜਾਬ ਸਾਹਿਬ ਵੀ ਇਹ ਗੱਲਾਂ ਪਹੁੰਚੀਆਂ ਹੋਈਆਂ ਨੇ। ਅਤੇ ਜਵਾਨ ਕਰਤਾਰ ਸਿੰਘ ਲਗਭਗ 23 ਸਾਲ ਉਮਰ, ਜੋ ਪੰਜਾਬ ਸਾਹਿਬ ਜੀ ਦਾ ਉਸ ਵੇਲੇ ਮੈਨੇਜਰ ਹੈ, ਜੋਸ਼ ਵਿੱਚ ਆ ਗਿਆ ਅਤੇ ਕਹਿਣ ਲੱਗਾ ਹੈ, ਸੁਣ ਕੇ ਗੱਲ ਪ੍ਰਤਾਪ ਸਿੰਘ ਕਿਹਾ, ਮੂੰਹੋਂ ਮਨਾ ਮੇਰਿਆ ਉੱਠ ਤਿਆਰ ਹੋ ਜਾ, ਸਮਾਂ ਮਿਲੇ ਨਾ ਮਿਲੇ ਫਿਰ ਪਤਾ ਕੀ ਹੈ, ਲਗਾ ਸੇਵਾ ਦਾ ਪੁਰਮ ਨਿਸਾਰ ਹੋ ਜਾ, ਮਤਾ ਸ਼ਮਾ ਉਸ਼ੇਰ ਦੀ ਬੁੱਲ ਹੋ ਜਾ, ਉਸ ਪ੍ਰਵਾਨਿਆਂ ਵਿੱਚ ਸ਼ਮਾਰ ਹੋ ਜਾ, ਭੁੱਖੇ ਵੀਰਾਂ ਦੀ ਜਾਂ ਸੇਵਾ ਕਰ ਰੱਜ ਕੇ, ਭੁੱਖੇ ਇੰਨਾਂ ਦਾ ਜਾਂ ਫਿਰ ਸ਼ਿਕਾਰ ਹੋ ਜਾ। ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਮ੍ਰਿਗ ਸੇਵਾ ਬਿਨ ਹੱਥ ਪੈਰ ਹੋਰ ਨਿਫਲ ਕਰਨੀ, ਦੂਸਰੇ ਨੂੰ ਜਲ ਪਾਣੀ ਛਕਾਉਣਾ ਔਰ ਇਹੋ ਜਿਹੇ ਸਮੇਂ 'ਤੇ ਜਾਨ ਹੀਲ ਕੇ ਸੇਵਾ ਕਰਨੀ ਬਹੁਤ ਉਚੇਰੀ ਹੈ। ਸੋ ਭਾਈ ਸਾਹਿਬ ਜੀ ਚਿਹਰੇ 'ਤੇ ਨੂਰ ਰਲ ਗਈ ਹੈ, ਸੰਗਤਾਂ ਨੂੰ ਮੁਖਾਤ ਕਰਕੇ ਇਉਂ ਕਹਿ ਰਹੇ ਨੇ, ਭਾਈ
खान पदार्थ लेके संत स्टेशन से जा पहुंचे। ये जानदिया हो भी कि रेलवे का कानून है जिन्ना चर सामने आके कोई चीज तबाह हो जाए कभी रोकी नहीं जा सकती। तो पहला भाई नर्म रस्ता तैयार किया जाए, जो लोड़ पे तो फिर कुर्बानी वास्ते भी तैयार है। ताकि पहला बेनती कर रहा कि थोड़ा स्टेशन मास्टर नूं किवें कह लिया भाई जी। मैं तेरे हमदर्दी है, मैं राज अंग्रेज है, हुक्मां दूलनी बड़ी मुश्किल गल है। मैं तो गुलामों का भी अगे गुलाम हाँ, मेरे मालकों का हुक्म है इस स्टेशन से गड़ी खड़ी नहीं होएगी, इसमें अगे जा नहीं होएगा। जोश में आ गए तो कहने ने जे तेन तेरे मालकों का हुक्म है इतने गड़ी खड़ी ना हो तो सानू सारे अरशी बाग का हुक्म है इतने गड़ी खड़ी कर दिए। मेरा कह नहीं कर नहीं जानते हैं खरा फोकिया खासे मारते नहीं। पुत्र दसम दे वीर हरदीप सिंह दे लथे सीसे भी तेगू हारते नहीं। रूह रेत अंदर टुकड़े होर पावे कहीं एक भी हीरे की दम पीरू जब तक तन तन सूरज दोवे कायम शीतल खान खालसे सदा चमक दीरू। खालसे की शान खरा सर्दी कला रहेगी। संगत वाले कहते हैं क्या खालसा जी अब जूझन को दाओ, हम मरण का समा है जिसमें मौत प्यारी है। आओ रेल भी लाइन मार के खलो दो कि कह रहे थे थोड़ा सा Thank you.
सरदार प्रताप सिंह खलोते विच हजारां संगतां पार बन के खलो गई हैं। 19-20 साल की जवान लड़की, कुछ 5-4 महीने का बच्चा है, कई संगतां विच आन खलोती। एक बिरध बाबे की नजर पई उस बच्चे ते, ते कहिंदा हे तीराणी, जे तू अमर दा बाटा छकण लई तैयार है, शहीद होण लई तैयार है, इस मासूम बच्चे ते तां तरस खा, इस नूं रेल दी लाइन तों पासे बिठा दे। हस के कहिंदी हे बाबा जी, मैं मां हां, बच्चा सदराइया अखां नाल मां वाले वेखे, मां मूंह दी बुरकी भी उहदे मूंह दे दिंदी। मैं कोई मां सिंह बना कि मैं इकली शहीदी बाबा छड़ जावां, मेरा बच्चा बिच बुट नहीं तरसता रह जाए। बाबा जी, एक होर भी कारण है, मेरे नाल जाएगा बाबा फतह सिंह की गोदी विच बैठ जांदा, हथ बराबर कर लवेगा, पिछे छड़ जावांगी। ना जाना कुसंगियां दी संगत बह के कुराए पै जाए, सिखी तो दूर चला जाए, मेरी कोई कलंकट कर देवेगा। इसलिए मेरे नाल शहीद होकर गुरुदेव की गोद में जाना पवेगा। तो मैं अर्ज कर खालसा जी, यह है जो गुरु गोबिंद सिंह महाराज सिख नूं दे गए हैं। सिखी ने कोई चीज सिखाई है, मरणहार यह जीरा नहीं, यह आत्मा अमर है, कदे मरेगी नहीं। और जिस अमीर नूं अगले दिन नवा सूट मिल जाना होवे, वह पुराना क्यों हंडावेगा, बदल देवेगा। बस उन मुसीबत है, किसी नवा मिलना नहीं। इस्लामी मत अनुसार एक बार आदमी मर गया, क्यामत तो पहला कदे उठना ही नहीं, उन्हें जिर कबरां विच ही रहेगा, तार जेल खानी ही रहेगा, अंदर नहीं जाएगा। मर्जी नहीं है, पता है कि फिर आम जान तैयार है। करतार सिंह साहबा की एक मिनट गल करना चाहता हूं। साढ़े 19 साल की उम्र सी जब फांसी का हुक्म हो, जब उन्हें तरस आ गया, वो वकीलों ने कहा जा समझाओ बच्चे, कल आके फिर बयान दे। वकीलों ने बड़ा समझाया, सुनता रहे, अगले दिन आके फिर वही बयान देते हैं। जज ने वकीलों ने क्या समझाया नहीं, कहता जज साहब समझाया है ना, मैं ही समझ गया हाँ, तुम मैं फांसी की जगह 20 साल कैद कर दोगे ना, तो 20 साल कौन बीतेगा, मैं तो 9 महीने जम के फिर आ जाना। जे यही सरकार रही फिर जान होकर इसके सामने चक्कर लेनी तैयार होवांगा। सो पुनर्जन्म की थ्योरी हर वे आदमी को मरने लिए तैयार रखती है, यही थ्योरी सी। कि सामने खलोते हैं सारे, गड्डी का ताकड़ा कारण कि किवें भाई दे 10 बजे हमें मंगलवार 15 कटक सम्मत 1979 विक्रमी मुताबिक 31 अक्टूबर 1922 ईस्वी उदों शासा करनी गड्डी आई, उदों गुरु गोबिंद सिंह दे लाल जा के अपनी छातियां बोल के अपनी राती एक आउंदे नहीं जटा पा के विखा देते हैं भाई। Thank you.
दो इनको सूली पे, कभी हक अब सुनाते हैं जो अस्त है वो सरसारे में मंसूर रहते हैं। गुरुदेव फरमाते हैं मरणहारे जियर नहीं, एक जगह गुरुदेव ने किया है मरण है मनसा सूलिया हक है, मरनारी शर्त है जो हो मरण परवाण। असली सिखी ने मौत का पै चुका दिता है कि किसी मुड़ के मरण का डर ही ना रहे, ऐसे मरो जो बाहर ना मिलना। कबीर के सिद्धांत से यह अमल करके दिखाया कि सिखा नहीं दिखाया। डेढ़ घंटा गड्डी खड़ी रही, अंदर ये कैदियों भोजन वरताया गया, मैं जब हाल सुनी है छगना पीने से सरकार के कर्मचारी पुलिस के चारे बाहर खलोते हैं, देख हैरान हैं कि किस मिट्टी के बने हैं जो मरण डरते ही नहीं। सो भाई दो सिंह शहीद होए हैं, ये छह सिंह और फटर होए। पहला फटना का नाम सुनो, सरदार गंगा सिंह जी पिंड मजा जिला अधिक, सरदार चरण सिंह जी पिंड मजा जिला अधिक, सरदार निहाल सिंह जी पिंड लालपुरा लालपुरा टोटियां जिला अमृतसर, सरदार पाठ सिंह जी हलवाई पंजा साहिब असली पिंड परियार है जिला कैमरपुर, सरदार फकीर सिंह जी पंजा साहिब जी, सरदार कल्याण सिंह जी पिंड महताई जिला मुजफ्फराबाद कश्मीर, दो सिंह शहीद हुए हैं। सरदार प्रताप सिंह पहला स्कूल टीचर रहे अमर छकिया, फिर पुलिस फौज में नौकर हो गए, तो जिस वे ननकाना साहब का खाता होया तो काली पग बन का हुक्म होया, सोग की निशानी काली पग बन के चले गए दफ्तर में, सरकारी नौकरी जवाब दे दिता। इस वे पंजा साहब के मैनेजर लगे हुए सन, उन्होंने कहा एक लड़का से एक लड़की होई, लड़का उन्होंने जिंदगी भी ही गुजर गया, लड़की पिछों भी ज्यों दे रही। सो प्रताप सिंह साढ़े 23 साल की उम्र में कौम तो कुर्बानी दे गए, तो दूसरे सन सरदार करम सिंह जी शहीद, सरदार करम सिंह जी शहीद एक केसगढ़ साहब जी दे जबी मानसन गुरुद्वारा लहर चली, सब कुछ त्याग के मंत्री त्याग भी है सेवा में आने लगे हैं, इतने इस वे गुरुद्वारे की सेवा करे सन। सरदार भगवान सिंह जी गुरपुरी सिधार गए, करम सिंह जी केसगढ़ के मंत्री छड़ के अकाली लहर में चले गए, इतने आके इन्होंने शहीदी प्राप्त की थी। ये दो शहीद हैं जो सदा अमर रहेंगे और कौम का सिर उच्चा रखेंगे और चढ़दियां करावे जाएंगे। गुरु महाराज जी ने को अनोखी पान लाई है, जब भी देश और कौम से किसी ने अत्याचार किया सिखों का बदला लेने तैयार हो गए, जलियांवाला बाग में सारे ने लहू सांझा बिल्ला है, मगर उसका बदला लेने वास्ते किसी की उठी है। और सरदार ऊधम सिंह जिसने इंग्लैंड फांसी देने लगे, एक आखिरी शब्द उसे विचार की सुनो भाई।